ਕਪਤਾਨ ਪ੍ਰੋ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਵਿੱਚ ਸਵਾਗਤ ਹੈ ਜੀ ਕਿਸਾਨ ਵੀਰੋ ਇਸ ਟਾਈਮ ਦੋ ਹੀ ਕੰਮ ਹੈ ਜਿਹੜੇ ਉਹ ਕਣਕ ਦੇ ਉੱਪਰ ਚੱਲ ਰਹੇ ਨੇ ਇੱਕ ਤਾਂ ਐਨ ਪੀ ਕੇ ਦੀ ਸਪਰੇ 13 0 45 ਪਲੱਸ ਬੋਰੋਨ ਕਈ ਲਿਕੁਇਡ ਪੋਟਾਸ਼ ਵੀ ਕਰ ਰਹੇ ਨੇ ਤੇ ਦੂਸਰਾ ਪਾਣੀ ਤੇ ਤੀਸਰੀ ਗੱਲ ਇਹ ਕਿ ਆਪਾਂ ਬੰਦ ਕਦੋਂ ਕਰਨਾ ਇਹ ਸਭ ਕੁਝ ਪਾਣੀ ਕਦੋਂ ਲਾਸਟਲਾ ਲਾਈਏ ਤੇ ਐਨਪੀਕੇ ਦੀ ਸਪਰੇ ਆ ਜਿਹੜੀ ਕਦੋਂ ਕਰੀਏ ਕਈ ਵੀਰ ਕਿਉਂਕਿ ਮੈਂ ਜਿਹੜੀ ਕੱਲ ਵੀਡੀਓ ਪਾਈ ਉਹਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤੇ ਉਹਦੇ ਥੱਲੇ ਕਮੈਂਟ ਬਹੁਤ ਜ਼ਿਆਦਾ ਜਿਹੜੇ ਰੈਲੇਵੈਂਟ ਏ ਸੀ ਕਿ ਸਾਰੇ ਪੁੱਛ ਰਹੇ ਸੀ ਕਿ ਆਪਾਂ ਦੋ ਸਪਰੇਆਂ ਐਨਪੀਕੇ ਦੀਆਂ ਕਰਤੀਆਂ ਹੁਣ ਆਪਾਂ ਤੀਜੀ ਵੀ ਕਰ ਦਈਏ ਜਾਂ ਨਾ ਕਰੀਏ ਇਹਦੇ ਬਾਰੇ ਗੱਲ ਇਹਦੇ ਬਾਰੇ ਆਪਾਂ ਡਿਟੇਲ ਚ ਗੱਲ ਕਰਦੇ ਆ ਤੇ ਦੂਸਰਾ ਗਰਮੀ 20 ਆਪਣਾ ਪ੍ਰਕੋਪ ਤੇ ਹੁਣ ਆ ਰਹੀ ਆ ਪਹਿਲਾਂ ਤਾਂ ਸਹੀ ਰਿਹਾ ਮੌਸਮ ਠੀਕ ਰਿਹਾ ਜੇਕਰ ਇਦਾਂ ਦਾ ਹੀ ਜਿਹੜਾ ਪਿੱਛੇ ਦਿਨਾਂ ਚ ਮੌਸਮ ਰਿਹਾ ਜਾਂ ਹਜਲੀ ਵੀ ਜਿਹੜਾ ਚੱਲ ਰਿਹਾ ਇਦਾਂ ਦਾ ਵੀ ਮੌਸਮ ਰਹੇ ਜੇ ਤਾਂ ਫੇਰ ਆਪਣੀ ਕਣਕ ਨੂੰ ਕੋਈ ਬਾਲਾ ਨੁਕਸਾਨ ਹੋਣ ਵਾਲਾ ਨਹੀਂ ਹੈ ਜਿੱਦਾਂ ਮੌਸਮ ਵਿਗਿਆਨੀਆਂ ਨੇ ਮਤਲਬ ਪਹਿਲਾਂ ਦੱਸਿਆ ਹੋਇਆ ਸੀ ਕਿ ਇਸ ਸਾਲ ਗਰਮੀ ਪਿਛਲੇ ਸਾਲ ਨਾਲੋਂ ਹਾਂ ਗਰਮੀ ਪਾਊਗੀ ਪਰ ਮਾਰਚ ਵਿੱਚ ਜ਼ਿਆਦਾ ਦੱਸੀ ਸੀ ਕਿ ਮਾਰਚ ਮਹੀਨੇ ਤਾਪਮਾਨ ਬਹੁਤ ਜ਼ਿਆਦਾ ਪਹੁੰਚਾ ਸਕਦਾ ਪਰ ਉਦਾਂ ਦਾ ਹੱਲੇ ਤੱਕ ਤਾਂ ਨਹੀਂ ਬਣਿਆ ਬਾਕੀ ਦੇਖੋ ਅੱਗੇ ਕੀ ਬੰਦ ਆ ਤੇ ਆਹ ਦੇਖੋ ਤੁਸੀਂ ਗੱਲ ਕਰਨ ਤੋਂ ਸ਼ੁਰੂ ਪਹਿਲਾਂ ਇਹ ਸ਼੍ਰੀ ਰਾਮ 272 ਤੁਹਾਨੂੰ ਪਤਾ ਸਾਰਿਆਂ ਨੂੰ ਕਿ ਇੰਨੇ ਮਤਲਬ ਸਭ ਕੁਝ ਜੇ ਲੇਟ ਸਟਾਰਟ ਕਰਦੀ ਆ ਇੰਨੇ ਜਦੋਂ ਸਾਰੀਆਂ ਕਣਕਾਂ ਇੱਕੋ ਜਿਹੀ ਵਜਾਈ ਹੋ ਜੇ ਜਦੋਂ ਇੰਨੇ ਗੋਭ ਚਾਣਾ ਦੂਸਰੀਆਂ ਨਿਸਰ ਚੁੱਕੀਆਂ ਹੁੰਦੀਆਂ ਇੰਨਾ ਟਾਈਮ ਦਾ ਫਰਕ ਪਾਉਂਦੀ ਆ ਪਰ ਹਾਂ ਚਾੜ ਲਈ ਚੰਗੀ ਆ ਚਾੜ ਕਣਕ ਦਾ ਚੰਗਾ ਬੂਟਾ ਵੀ ਚੰਗਾ ਬਣਾ ਲੈਂਦੀ ਆ ਬਨਦੀ ਥੋੜਾ ਲੇਟ ਆ ਪਹਿਲਾਂ ਆਪਾਂ ਨੂੰ ਡਰ ਲੱਗਿਆ ਰਹਿੰਦਾ ਕਿ ਕਣਕ ਨੇ ਬੂਟਾ ਨਹੀਂ ਮਾਰਿਆ ਆਪਾਂ ਖਾਦਾਂ ਵਗੈਰਾ ਸਭ ਕੁਝ ਪਾਈ ਜਾਈਦਾ ਪਰ ਨਹੀਂ ਇਹ ਤੁਸੀਂ ਦੇਖੋ ਇਹ ਸੁਪਰ ਸੀਡਰ ਦੀ ਬਜਾਈ ਆ ਤੇ ਇੰਨੀ ਜਿਆਦਾ ਵਿਰਲੀ ਸੀ ਕਿ ਕੋਈ ਹਿਸਾਬ ਨਹੀਂ ਅਤੇ ਸਪਰੇ ਵੀ ਕਿਉਂਕਿ ਕਣਕ ਦੇਖਣ ਨੂੰ ਸੋਹਣੀ ਨਹੀਂ ਸੀ ਲੱਗਦੀ ਆਪਾਂ ਨੂੰ ਹੀ ਕਿ ਆਪਣੇ ਇੱਧਰ ਜਿਹੜੇ ਗੁੱਜਰ ਭਾਈ ਚਾਰਾ ਵੀਰ ਉਹ ਚਾਰ ਲੰਦੇ ਨੇ ਮਤਲਬ ਖੜੀ ਕਣਕ ਜਿੱਦਾਂ ਇਸ ਸਟੇਜ 'ਚ ਉਹ ਇਕੱਠੀ ਕਟਾਈ ਕਰਕੇ ਤੇ ਪੈਸੇ ਆ ਜਿਹੜੇ ਉਹ ਵੀ ਚੰਗੇ ਬਣ ਜਾਂਦੇ ਨੇ ਇਸ ਤੋਂ ਬਾਅਦ ਬੰਦਾ ਕੋਈ ਵੀ ਫਸਲ ਆਪਣੀ ਜਨੇ ਸਬਜ਼ੀ ਦਾ ਕੰਮ ਕਰਨਾ ਜਾਂ ਕੋਈ ਹੋਰ ਕੋਈ ਕੰਮ ਕਰਨਾ ਇਹ ਆਪਣੇ ਮੱਕੀ ਬੀਜਣੀ ਆ ਉਹ ਸਾਰੇ ਮਤਲਬ ਲਾ ਸਕਦੇ ਆ ਉਹ ਰੇਟ ਵੀ ਚੰਗਾ ਕਿੱਲੇ ਦਾ 35000 ਰੁਪਇਆ 30 ਦੇ ਦਿੰਦੇ ਆ ਉਹ ਤੇ ਪਹਿਲਾਂ ਇਰਾਦਾ ਸੀ ਉਹਨਾਂ ਨੂੰ ਚਰਾਣ ਦਾ ਪਰ ਹੁਣ ਕਣਕੇ ਬਹੁਤ ਸੋਹਣੀ ਲੱਗ ਰਹੀ ਐ ਬਾਕੀ ਕਣਕਾਂ ਨਾਲੋਂ ਵੀ ਸੋਹਣੀ ਲੱਗ ਰਹੀ ਐ ਹੁਣ ਇਹਨੂੰ ਵੇਚਣ ਦਾ ਕੋਈ ਇਰਾਦਾ ਨਹੀਂ ਐ ਤੇ ਆਈਏ ਆਪਾਂ ਮੇਨ ਗੱਲ ਤੇ ਕਿਸਾਨ ਵੀਰੋ 13045 ਗਲਾ ਥੋੜਾ ਜਿਹਾ ਖਰਾਬ ਐ ਇਹਦੇ ਲਈ ਗੁਸਤਾਖੀ ਮਾਫ ਐ ਤੇ ਕਿਸਾਨ ਵੀਰੋ 13045 ਜੇਕਰ ਤੁਸੀਂ ਗੋਭ ਸਮੇ ਕਰਤੀ ਇੱਕ ਵਾਰੀ ਪਲੱਸ ਬੋਰੋਨ ਉਦੋਂ ਕਰਤੀ ਹੁਣ ਤੁਸੀਂ ਕਹਿ ਰਹੇ ਕਿ ਇੱਕ ਆਪਾਂ ਜਦੋਂ ਕਣਕ ਥੋੜਾ ਥੋੜਾ ਨਸਾਰਾ ਲੈ ਰਹੀ ਸੀ ਉਦੋਂ ਕਰਤੀ ਸੀ ਤੇ ਹੁਣ ਜੇਕਰ ਤੁਸੀਂ ਨਹੀਂ ਵੀ ਕਰਨੀ ਤਾਂ ਵੀ ਤੁਹਾਡਾ ਸਰ ਸਕਦਾ ਪਰ ਕਰਨੀ ਕਦੋਂ ਸੀ ਜਿਹੜੀ ਤੁਸੀਂ ਇੱਕ ਗੋਬ ਸਮੇਂ ਕਰਤੀ ਇੱਕ ਤੁਸੀਂ ਕਰਨੀ ਚਾਹੀਦੀ ਸੀ ਤੁਹਾਨੂੰ ਮਤਲਬ ਜਦੋਂ ਕਣਕ ਨਸਾਰਾ ਲੈ ਕੇ ਬੂਰ ਮਾਰਾ ਮਾੜਾ ਕਿਤੇ ਕਿਤੇ ਕੋਈ 10% ਰਹਿ ਗਿਆ ਹੁੰਦਾ ਤੇ ਬਾਕੀ ਝੜ ਚੁੱਕਿਆ ਹੁੰਦਾ ਉੱਥੇ ਤੁਸੀਂ ਜਿਹੜੀ ਸਪਰੇਅ ਆ ਐਨਪੀਕੇ 13045 ਪਲੱਸ ਬੋਰੋਨ ਇਹ ਤੁਸੀਂ ਕਰ ਸਕਦੇ ਸੀ ਤੁਹਾਨੂੰ ਬਹੁਤ ਸੋਹਣੇ ਰਿਜ਼ਲਟ ਮਿਲਦੇ ਸੀ ਦਾਣਾ ਬਹੁਤ ਸੋਨਾ ਹੁੰਦਾ ਜਦੋਂ 13045 ਆਪਾਂ ਨਸਾਰੇ ਦੇ ਸਮੇਂ ਕਰੀਦਾ ਨਾ ਤੇ ਉਦੋਂ ਮਤਲਬ ਦਾਣਾ ਬਹੁਤ ਜ਼ਿਆਦਾ ਸੋਨਾ ਲੱਗਦਾ ਜਦੋਂ ਮੰਡੀ ਵਿੱਚ ਦਾਣਾ ਪਿਆ ਹੋਏ ਉੱਥੇ ਵੱਖਰਾ ਹੀ ਲੱਭਦਾ ਦੂਸਰੀ ਗੱਲ ਪਾਣੀ ਦੀ ਕਈ ਵੀਰ ਪੁੱਛ ਰਹੇ ਨੇ ਕਣਕ ਡੇਗੀ ਆਪਣੀ DBW 187 ਸੀ ਕਈ ਵੀਰ ਕਹਿੰਦੇ ਕਿ ਆਪਣੀ ਡੇਗੀ ਤੇ ਉਹਨੂੰ ਆਪਾਂ ਪਾਣੀ ਲਾ ਦਈਏ ਕਿੰਨੇ ਕਮੈਂਟ ਆਏ ਆ ਮਤਲਬ ਹਰ ਇੱਕ ਵੀਡੀਓ ਤੇ ਮੈਂ ਦੋ ਚਾਰ ਕਮੈਂਟ ਦੇਖੇ ਆ ਕਿ ਕਣਕ ਡਿੱਗੀ ਹੋਈ ਆ ਤੇ ਉਹਨੂੰ ਪੁੱਛ ਰਹੇ ਆ ਪਾਣੀ ਲਾ ਦਈਏ ਵੀਰੋ ਨਾ ਕਰੋ ਪਾਣੀ ਨਾਲ ਬਿਨਾ ਪਾਣੀ ਲਾ ਕੇ ਨੁਕਸਾਨ ਹਾਂ ਬੇਸ਼ੱਕ ਉਹਦਾ ਝੰਡਾ ਪੱਤਾ ਸੇਫ ਆ ਆਪਣਾ ਸਿੱਟਾ ਜਿਹੜਾ ਕਣਕ ਦਾ ਉਹ ਸੇਫ ਆ ਪਰ ਤੁਸੀਂ ਨੁਕਸਾਨ ਕਿਉਂ ਕਰਵਾਣਾ ਉੱਪਰੋਂ ਮੌਸਮ ਅੱਗੇ ਤੁਹਾਨੂੰ ਪਤਾ ਹੀ ਆ ਮੌਸਮ ਗੰਦਾ ਦੱਸਿਆ ਹੋਇਆ 19 ਤਰੀਕ ਦੇ ਨੇੜੇ ਤੇੜੇ ਉਤੋਂ ਪਹਿਲਾਂ ਪਹਿਲਾਂ ਜਿਨ੍ਹਾਂ ਨੇ ਪਾਣੀ ਲਾਣਾ ਸੀ ਹੁਣ ਲਾਤਾ ਹੁਣ ਪਾਣੀ ਕੋਈ ਵੀਰ ਨਾ ਲਾਇਓ ਇਹ ਸਖਤ ਪਾਬੰਦੀ ਆ ਹਾਂ ਆਪਣੇ ਏਰੀਆ ਦੇ ਹਿਸਾਬ ਨਾਲ ਮੌਸਮ ਆਪਣਾ ਤੁਸੀਂ ਚੈੱਕ ਕਰ ਲਓ ਕਿ ਮੌਸਮ 'ਚ ਹਵਾ ਕਿੰਨੀ ਸਪੀਡ ਦੀ ਚੱਲ ਰਹੀ ਆ ਉਹ ਵੀ ਤੁਹਾਨੂੰ ਦੱਸ ਦੂਗਾ ਤੇ ਤੁਸੀਂ ਇਹ ਚੈੱਕ ਕਰ ਲਓ ਕਿ ਮੀਂਹ ਕਿੰਨਾ ਆਪਣੇ ਏਰੀਆ ਦੇ ਵਿੱਚ ਤੇ ਕਿਦਣ ਪਏਗਾ ਇਹ ਦੇਖ ਕੇ ਤੁਸੀਂ ਪਾਣੀ ਲਾਓ ਪਾਣੀ ਕੋਈ ਗੱਲ ਨਹੀਂ ਇੱਕ ਪਾਣੀ ਨਾ ਵੀ ਲੱਗੂਗਾ ਜਿਹੜੀਆਂ ਜ਼ਮੀਨਾਂ ਡਾਕਰ ਨੇ ਦੂਸਰੀਆਂ ਤੇ ਲਾ ਦੋ ਤੇ ਅਗਲੇ ਦਿਨ ਜ਼ਮੀਨ ਜਿਹੜੀ ਉਹ ਬੱਤਰਾ ਆ ਜਾਂਦੀ ਹੈ ਪਰ ਜਿਹੜੀਆਂ ਜ਼ਮੀਨਾਂ ਡਾਕਰ ਨੇ ਪਾਣੀ ਸਟੋਰ ਕਰ ਲੈਂਦੀਆਂ ਮਤਲਬ ਆਪ ਥੋੜੀ ਕੀਤੇ ਆ ਨਮੀ ਨਹੀਂ ਮਕਾਉਂਦੀ ਜਿੱਦਾਂ ਆਪਣੇ ਖੇਤ ਨੇ ਇਹਨਾਂ ਵਿੱਚ ਪਾਣੀ ਮਤਲਬ ਆਪਣੀ ਮੇਰੀ ਗੱਲ ਆ ਮੈਂ ਆਪ ਖੁਦ ਗਣਕਦੀ ਕਰਨਾ ਝਾੜ ਵੀ ਬਹੁਤ ਸੋਹਣੇ ਲੈਣੇ ਪਿਛਲੇ ਸਾਲ ਹਾਂ ਦੋ ਦੋ ਪਾਣੀ ਲੱਗੇ ਸੀ ਪਿਛਲੇ ਸਾਲ ਲੇਟ ਦੂਜਾ ਪਾਣੀ ਸਾਰਿਆਂ ਨੇ ਪਹਿਲਾ ਪਾਣੀ ਉਦੋਂ ਹੀ ਜਦੋਂ ਮੇਨ ਪਾਣੀ ਲੱਗਦਾ ਤੇ ਦੂਸਰਾ ਪਾਣੀ ਪਤਾ ਕਦੋਂ ਲਾਇਆ ਸੀ ਜਦੋਂ ਕਣਕਾਂ ਇਸ ਕੰਡੀਸ਼ਨ ਸੀ ਮਤਲਬ ਉਹ ਫਿਰ ਹਵਾ ਨਾਲ ਸਾਰੀਆਂ ਕਣਕਾਂ ਪੱਕ ਗਏ ਸੁੱਕ ਗਈਆਂ ਸਾਨੂੰ ਪਤਾ ਹੀ ਨਹੀਂ ਸੀ ਦੂਜਾ ਆਪਾਂ ਸੁਣਿਆ ਜਰੂਰ ਸੀ ਕਿ ਏਰੀਏ ਦੇ ਵਿੱਚ ਦੂਜਾ ਪਾਣੀ ਲੱਗਿਆ ਤੀਜਾ ਪਾਣੀ ਲੱਗਿਆ ਚੌਥਾ ਪਾਣੀ ਲੱਗਿਆ ਪਰ ਇਸ ਵਾਰ ਆਪਣੇ ਵੀ ਤਿੰਨ ਤਿੰਨ ਪਾਣੀ ਆ ਜਿਹੜੇ ਕਣਕ ਦੇ ਲੱਗ ਗਿਆ ਨਹੀਂ ਤੇ ਇੱਕੋ ਪਾਣੀ ਨਾਲ ਕਣਕਾ ਜਿਹੜੀ ਆਪਣੀ ਪਲ ਜਾਂਦੀ ਸੀ ਪਰ ਹੁਣ ਮੌਸਮ ਅੱਗੇ ਗਰਮ ਹੈ ਤੇ ਇਸ ਕਰਕੇ ਹੁਣ ਪਾਣੀ ਆ ਜਿਹੜੇ ਉਹ ਲਾਣੇ ਪੈਂਦੇ ਆ ਸੋ ਪਾਣੀ ਹੁਣ ਤੁਸੀਂ ਨਾ ਲਾਓ ਜਿਹੜੀਆਂ ਕਣਕਾਂ ਰੰਗ ਬਟਾ ਗਈਆਂ ਪਹਿਲੀ ਗੱਲ ਸਪਰੇਅ ਦੀ ਜਿਹੜੀਆਂ ਕਣਕਾਂ ਰੰਗ ਬਟਾ ਗਈਆਂ ਜਿੱਦਾਂ ਇਹ ਕਣਕ ਦੇਖੋ ਮੜੀ ਮੜੀ ਪੀਲ ਗੀਚੇ ਜਾਣ ਲੱਗ ਪਏ ਜਿਹੜੀ ਹਰੀ ਕਣਕਾਂ ਜਿੱਦਾਂ ਤੁਸੀਂ ਕੋਈ ਖਾਲ ਦੇ ਨੇੜੇ ਤੇੜੇ ਕੋਈ ਬੂਟਾ ਦੇਖਿਓ ਉਹ ਕੱਲਾ ਹੀ ਹੋਏਗਾ ਤੇ ਉਦਾਂ ਦਾ ਰੰਗ ਹਰਾ ਗੂੜਾ ਜਿਹਨੂੰ ਆਪਾਂ ਜਦੋਂ ਕਣਕ ਪੂਰੀ ਆਪਣੀ ਜੋਰ ਚ ਹੁੰਦੀ ਆ ਤੇ ਉਸ ਕੰਡੀਸ਼ਨ ਦੇ ਵਿੱਚ ਆਪਾਂ ਹਰੀ ਹੈ ਕਣਕ ਉਹਨੂੰ ਸਪਰੇਅ ਕਰ ਸਕਦੇ ਆ ਆਪਾਂ ਨੂੰ ਰਿਜ਼ਲਟ ਮਿਲੂਗਾ ਪਾਣੀ ਲਾ ਦਾਂਗੇ ਆਪਾਂ ਨੂੰ ਰਿਜ਼ਲਟ ਮਿਲੂਗਾ ਪਰ ਜਦੋਂ ਕਣਕਾਂ ਮਾੜੀਆਂ ਜੀਆਂ ਵੀ ਪੀਲੀਆਂ ਹੋ ਗਈਆਂ ਤੇ ਤੁਸੀਂ ਕੋਈ ਸਪਰੇਅ ਨਹੀਂ ਕਰਨੀ ਕੋਈ ਪਾਣੀ ਨਹੀਂ ਲਾਣਾ ਠੀਕ ਹੈ ਜੀ ਤੇ ਰਹੀ ਗੱਲ ਗਰਮੀ ਦੀ ਤਾਂ ਗਰਮੀ ਨੇ ਤੇ ਵੀਰੋਂ ਹੁਣ ਆਪਣਾ ਪ੍ਰਕੋਪ ਦੱਸਣਾ ਹੀ ਆ ਪਰ ਇੰਨਾ ਜ਼ਰੂਰ ਹੋ ਸਕਦਾ ਜਿੱਦਾਂ ਪਹਿਲਾਂ ਫਰਵਰੀ ਮਹੀਨੇ ਤਾਪਮਾਨ ਵਧਿਆ ਬੱਚ ਕੋਰੇ ਪੈ ਗਏ ਫੇਰ ਤਾਪਮਾਨ ਵਧਿਆ ਕੋਰੇ ਪੈ ਗਏ ਦਬਾਰ ਤੋਂ ਤਾਪਮਾਨ ਵਧਿਆ ਫਿਰ ਥੋੜਾ ਜਿਹਾ ਮੀਂਹ ਪੈ ਗਿਆ ਮਤਲਬ ਕਿ ਇਹ ਮਾਰਚ ਤੱਕ ਤੇ ਹੁਣ ਤਾਪਮਾਨ ਜਿਹੜਾ 29 30 29 30 ਦੇ ਨੇੜੇ ਜਿਹੜਾ ਆਪਣੇ ਚੱਲ ਰਿਹਾ ਤੇ ਆ ਪਹਿਲਾਂ ਵੀ ਵਧਿਆ ਸੀ ਹੁਣ ਦੁਬਾਰਾ 24 ਤੋਂ 25 ਤੋਂ ਹੋਲੀ ਇੱਕ ਇੱਕ ਡਿਗਰੀ ਤਾਪਮਾਨ ਕਰਕੇ ਡੇਲੀ ਦਾ ਵਧਿਆ ਤੇ ਹੁਣ ਦਬਾਰ ਤੋਂ ਜੇਕਰ ਮੌਸਮ ਗੰਦਾ ਹੁੰਦਾ ਜਿੱਦਾਂ ਕੀ ਦੱਸਿਆ ਹੋਇਆ ਤੇ 17 18 19 20 21 ਹਫਤਾ ਹੀ ਪੂਰਾ ਮਤਲਬ ਦੱਸਿਆ ਹੋਇਆ ਬਾਕੀ ਮੌਸਮ ਹੈ ਜਿਹੜਾ ਉਹ ਚੇਂਜ ਹੁੰਦਾ ਰਹਿੰਦਾ ਕੋਈ ਗੱਲ ਨਹੀਂ ਕਈ ਵਾਰੀ ਦੱਸਿਆ ਹੁੰਦਾ ਉਹ ਉਦੋਂ ਵੀ ਨਹੀਂ ਪੈਂਦਾ ਤੇ ਕਈ ਵਾਰੀ ਨਹੀਂ ਦੱਸਿਆ ਹੁੰਦਾ ਤੇ ਮੀਂਹ ਉਦੋਂ ਵੀ ਪੈ ਜਾਂਦਾ ਸੋ ਆਪਾਂ ਨੇ ਜੇਕਰ 10% ਵੀ ਸੋਚੋ ਲੈ ਕੇ ਮੰਨੀਏ ਕਿ ਮੀਂਹ ਪੈਣਾ ਹੈ ਤੇ ਫਿਰ ਵੀ ਆਪਣਾ ਨੁਕਸਾਨ ਹੋ ਸਕਦਾ ਕਣਕ ਡੇਗ ਸਕਦੀ ਆ ਸੋ ਪਾਣੀ ਨਾ ਲਾਓ ਹੁਣ ਜਿਹੜੀਆਂ ਕਣਕਾਂ ਰੰਗ ਬਟਾ ਗਈਆਂ ਹਾਂ ਜਿਹੜੀਆਂ ਗੂੜੀਆਂ ਹਰੀਆਂ ਉਹਨਾਂ ਕਣਕਾਂ ਨੂੰ ਪਾਣੀ ਤੁਸੀਂ ਲਾ ਸਕਦੇ ਹੋ ਉਹਦੇ ਵਿੱਚ ਤੁਹਾਨੂੰ ਸਪਰੇਅ ਦਾ ਵੀ ਫਾਇਦਾ ਮਿਲੂਗਾ ਤੇ ਤੁਹਾਨੂੰ ਪਾਣੀ ਦਾ ਵੀ ਫਾਇਦਾ ਮਿਲੂਗਾ ਤੇ ਰਹੀ ਗੱਲ ਗਰਮੀ ਦੀ ਗਰਮੀ ਵੀਰੋ ਹੁਣ ਘਟੂਗੀ ਫੇਰ ਜਿੱਦਣ ਮੌਸਮ ਸਹੀ ਹੋ ਗਿਆ ਇਹ ਮਤਲਬ ਮੀਂਹ ਪੈ ਗਿਆ ਉਦੋਂ ਹੀ ਠੰਡ ਆ ਜਿਹੜੀ ਫੇਰ ਥੋੜੀ ਜੀ ਵਧਣੀ ਆ ਤੇ ਉਹਦੇ ਨਾਲ ਮਤਲਬ ਮੌਸਮ ਦੇ ਵਿੱਚ ਥੋੜੇ ਦਿਨ ਜਿੱਦਾਂ ਕੋਈ ਹਫਤਾ ਦੋ ਹਫਤੇ ਗਰਾਵਟ ਆ ਜਿਹੜੀ ਉਹ ਰਹਿਣੀ ਆ ਉਹਦੇ ਨਾਲ ਉਦੋਂ ਨੂੰ ਕਣਕਾਂ ਆਪਣੇ ਪਕਾਵਲ ਨੂੰ ਪੁੱਜਣੀਆਂ ਕਣਕਾਂ 120 ਦਿਨਾਂ ਦੀਆਂ ਹੋ ਗਈਆਂ 150 ਦਿਨਾਂ ਤੇ ਉਦੋਂ ਦਾ ਹੀ ਕਣਕਾਂ ਕਣਕਾਂ ਦਾ ਮਹੀਨਾ ਆ ਮੀਨਾ ਵੀ ਨਹੀਂ ਰਹਿ ਗਿਆ ਜਿਹੜੀਆਂ ਕਣਕਾਂ ਗੇਤੀਆਂ ਸੀ ਤੇ ਕਣਕਾਂ ਹੁਣ ਤਿਆਰ ਨਹੀਂ ਬਸ ਹੁਣ ਤੁਸੀਂ ਕੁਝ ਨਾ ਕਰੋ ਹੁਣ ਬਸ ਬੰਨੇ ਤੇ ਬੈਠ ਕੇ ਦੇਖਣ ਅੱਗੇ ਝੋਨੇ ਦੀਆਂ ਵੀਡੀਓ ਆਣ ਗਈਆਂ ਉਹ ਵੇਲੇ ਦੇਖੋ ਤੇ ਝੋਨੇ ਦੀ ਮੈਂ ਇੱਕ ਗੱਲ ਕਰਦਾ ਕਿ ਸਾਰੇ ਚੂਜ਼ ਕਰਿਓ ਮਤਲਬ ਕਿ ਝੋਨਾ ਵੈਰਾਈਟੀ ਆਪਣੇ ਪਿਛਲਾ ਚਾਰਟ ਕੱਢ ਲਿਓ ਕੋਈ ਨਵੇਂ ਬੀਜ ਵਾਲਨਾ 도ੜਿਓ ਕੋਈ ਕਿਸੇ ਹੋਰ ਚੀਜ਼ ਵਾਲਨਾ 도ੜਿਓ ਜਿੰਨੂੰ ਪਿਛਲੇ ਸਾਲ ਵਾਇਰਸ ਆਇਆ ਸੀ ਉਹ ਬੀਜ ਤੇ ਕਦੇ ਵੀ ਨਾ ਆਪਣੇ ਖੇਤ ਚ ਵਾੜਿਓ ਭਾਵੇਂ ਤੁਸੀਂ ਉਹਦਾ ਇਲਾਜ ਵੀ ਦੱਸਤਾ ਕਿ ਇਹਦੇ ਕਾਰਨ ਬੂਟੇ ਆ ਜਿਹੜੇ ਮਧਰੇ ਰਹਿੰਦੇ ਸੀ ਪਰ ਉਹ ਬੀਜ ਆਪਣੇ ਖੇਤ ਚ ਨਾ ਵਾੜਿਓ ਤੇ ਆਪਣਾ ਪਿਛਲਾ ਚਾਟ ਖਮਾ ਲਓ ਜ ਜਦੋਂ ਤੁਹਾਨੂੰ ਸਭ ਨਾਲ ਟੋਪ ਦਾ ਝਾੜ ਮਿਲਿਆ ਸੀ ਜਿਹੜੀ ਵੈਰਾਈਟੀ ਦਾ ਉਹੀ ਵੈਰਾਈਟੀ ਆ ਜਿਹੜੀ ਉਹ ਲਾ ਲਓ ਪਿਛਲੀ ਵਾਰੀ 126 ਦਾ ਪੀਆਰ 126 ਦਾ ਬਹੁਤ ਸੋਹਣਾ ਰਿਜ਼ਲਟ ਆ ਜਿਹੜਾ ਸਾਰੇ ਪੰਜਾਬ ਚ ਮਿਲਿਆ ਹੈਵੀ ਸ਼ੋਰਟਮ ਵੈਰਾਈਟੀ ਆ ਤੇ ਆਪਣਾ ਖਰਚਾ ਵੀ ਉੱਤੇ ਘੱਟ ਹੁੰਦਾ ਸਪਰੇਅਾਂ ਵੀ ਵੱਜਦੀਆਂ ਸੋ ਉਹਦੇ ਵੱਲ ਗੌਰ ਕਰਨੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਰੂਰ ਸਬਸਕ੍ਰਾਈਬਰ ਆਪਾਂ ਪਹਚਾਣੀ ਨੇ ਇਹ 5000 ਕਰ ਦਈਏ 2000 ਹੋ ਚੱਲਾ ਤੇ ਆਪਣੇ 5000 ਸਬਸਕ੍ਰਾਈਬਰ ਜਿਹੜੇ ਉਹ ਕਰਵਾ ਦਿਓ ਸਾਰੇ ਵੀਰ ਧੰਨਵਾਦ ਜੀ